ਮਾਹੌਲ ਦੇਖ ਸਕਦੇ ਤੁਸੀਂ ਬਾਈ ਜੀ, ਮੇਰੀ ਉਹ ਬਰਫ਼ ਗਿਰ ਰਹੀ ਹੈ ਅਤੇ ਆਪਣਾ ਵੀਰ ਨਵਾਂ ਆਇਆ ਕਨੇਡਾ। ਹੋਰ ਬਾਈ ਕਿੱਦਾਂ ਹੀ ਲੱਗ ਰਹੀ ਬਰਫ਼? ਵਧੀਆ ਮੈਂ ਵਧੀਆ ਲੱਗ ਰਹੀ ਬਰਫ਼। ਇੰਨੀ ਜ਼ਿਆਦਾ ਠੰਡ ਹੈ ਨਾ, ਮੈਨੂੰ ਤਾਂ ਐਂ ਲੱਗਦਾ ਸੀਗਾ ਵੀ -11 ਟੈਂਪਰੇਚਰ ਹੈ ਤਾਂ ਇੰਨਾ ਕੁ ਹੈ, ਅਤੇ ਇਸ ਟਾਈਮ -20 ਹੋਇਆ ਬਾਈ ਜੀ, -20। ਹਾਂ ਗੱਡੀਆਂ ਚੱਲ ਰਹੀਆਂ। ਹਾਂ ਸਨੋ ਸਟੋਰਮ 'ਚ ਇਸ ਈਅਰ ਜਨਵਰੀ ਵਿੱਚ ਗੱਡੀਆਂ ਛੱਡ ਕੇ ਲੋਕ ਭੱਜ ਗਏ ਸੀਗੇ। ਹਾਂਜੀ ਬਾਈ ਜੀ, ਦੇਖੋ ਜੀ ਅੱਜ ਸਨੋ ਸਟੋਰਮ ਆਇਆ ਵਾ, ਵਿੰਡ ਚੱਲ ਰਹੀ ਆ ਪੂਰੀ, ਅਤੇ ਯਾਦਵਿੰਦਰ ਬਾਈ ਆਪਣਾ, ਅਤੇ ਆਪਾਂ ਹੁਣ ਕੰਮ ਕਰਕੇ ਨਿਕਲੇ ਹੈ। ਪਰ ਪੌਲੀ ਆ ਇਹ, ਇਹਦੇ ਮੈਂ ਗਿਰਨੇ ਦਾ ਖਤਰਾ ਨਹੀਂ ਹੈਗਾ। ਹਾਂ ਇਹ ਹਲਕੀ ਜਿਹੀ ਸਨੋ, ਇਹ ਤਾਂ ਐਂ ਬਹੁਤ ਕੋਮਲ ਜੀ ਹੈ ਜਿਵੇਂ, ਪਰ ਜਿਹੜੀ ਜ਼ਿਆਦਾ ਜੰਮ ਜਾਂਦੀ ਨਾ ਉਹ ਬਲੈਕ ਆਈਸ, ਉਹ ਖਰਾਬ ਕਰਦੀ ਜੀ ਕੰਮ। ਦੇਖੋ ਜੀ ਸਾਰੇ ਕੰਮ ਤੋਂ ਜਾ ਰਹੇ ਨੇ, ਸਟੂਡੈਂਟ ਲਾਈਫ ਇੰਜੋਏ ਕਰ ਰਹੇ ਸਾਰੇ, ਸਟਰਗਲ ਵੀ ਹੈ, ਸਟਰਗਲ ਕਰ ਰਹੇ ਹੈ। ਅਤੇ ਉਹ ਦੇਖੋ ਜੀ ਕਈ ਕੰਮ 'ਤੇ ਆ ਰਹੇ ਹੈ ਅਤੇ ਕਈ ਸ਼ਿਫਟ ਲੱਗ ਜਾ ਰਹੇ, ਤੁਹਾਨੂੰ ਦਿਖਾਊਂਗਾ ਅੱਜ ਮੈਂ। ਬਸ ਇਹ ਸਨੋ ਸਟੋਰਮ ਵਾਲੀ ਮੈਂ ਛੋਟੀ ਜਿਹੀ ਵੀਡੀਓ ਬਣਾਈ ਹੈ, ਮੈਂ ਸੋਚਿਆ ਚਲੋ ਦਿਖਾ ਦਿੰਦੇ ਵੀ ਕਿੱਦਾਂ ਦਾ ਮੌਸਮ ਚੱਲ ਰਿਹਾ ਇੱਧਰ, ਹੈ ਨਾ ਬਾਈ। ਮੈਂ ਦੇਖਾਂ ਯਾਰ ਬੰਦੇ ਨੂੰ ਫੋਨ ਕਰਕੇ ਪਹੁੰਚਿਆ ਕਿ ਨਹੀਂ। ਬਾਈ ਬਾਈ ਓਹੋ ਬਾਈ ਜੀ ਚੜੀ ਪਈ, ਲੂਈ ਜੀ ਹੈ ਨਾ, ਲੂਈ ਜੀ ਅੱਜ ਰੂ ਰੂ। ਹਾਂ ਬਾਈ ਓਹੋ ਹੱਥ ਸੁਣੋ ਹੋ ਗਏ ਬਾਈ ਜੀ, ਸੜਕਾਂ ਦੇਖੋ ਤੁਸੀਂ, ਸੜਕਾਂ ਤੇ ਇਹ ਤਾਜ਼ੀ ਤਾਜ਼ੀ ਪੈ ਰਹੀ ਆ, ਤਾਂ ਕਰਕੇ ਤੇ ਹੁਣ ਜਮੀ ਹੋਈ ਆ, ਬਾਅਦ 'ਚ ਇਹਦਾ ਸਾਫ਼ ਵੀ ਕਰ ਦਿੰਦੇ ਇਹ, ਪਰ ਅੱਜ ਸ਼ਾਮ ਤੱਕ ਪੂਰਾ ਰਾਤ ਤੱਕ ਦੱਸੀ ਹੋਈ ਬਰਫ਼। ਉਹ ਬਾਈ ਜੀ ਬੱਸਾਂ ਚੱਲ ਰਹੀਆਂ ਅਤੇ ਬੱਸਾਂ ਵੀ ਸਮੇਂ ਨਾਲੋਂ ਥੋੜ੍ਹੀ ਜਿਹੀ ਲੇਟ ਆ ਰਹੀਆਂ ਅੱਜ, ਜਿੰਨਾ ਮਤਲਬ ਟਾਈਮ ਹੁੰਦਾ ਬੱਸ ਦਾ ਉਹਦੇ ਨਾਲੋਂ ਲੇਟ ਆ ਰਹੀਆਂ ਨੇ, ਅਤੇ ਮੈਂ ਹੁਣ ਇੱਥੇ ਆ ਦਰਖਤ ਦੇ ਉਹਲੇ ਖੜ ਗਿਆ ਤਾ ਜੀ। ਅਤੇ ਬਾਈ ਜੀ ਦੇਖੋ ਇੰਨੀ ਜ਼ਿਆਦਾ ਠੰਡ ਹੈ ਨਾ, ਮੈਨੂੰ ਤਾਂ ਐਂ ਲੱਗਦਾ ਸੀਗਾ ਵੀ -11 ਟੈਂਪਰੇਚਰ ਹੈ ਤਾਂ ਇੰਨਾ ਕੁ ਹੈ, ਅਤੇ ਇਸ ਟਾਈਮ -9 ਟੈਂਪਰੇਚਰ ਹੈ ਅਤੇ ਫੀਲਸ ਲਾਈਕ -20 ਹੋਇਆ ਵਾ ਜੀ, -20। ਹੱਥ ਬਿਲਕੁਲ ਸੁੰਨ ਹੋ ਰਹੇ, ਅਤੇ ਮੈਂ ਇੱਥੇ ਆ ਕੇ ਖੜ ਗਿਆ ਸੀਗਾ ਕਿ ਫਿਰ ਆ ਰਿਹਾ ਹੈ, ਅਤੇ ਮੈਂ ਕਿਹਾ ਚਲੋ ਇੱਕ ਵਾਰ ਦੇਖ ਵੀ ਲਈਏ ਬਰਫ਼ ਦੇ ਵਿੱਚ ਖੜ ਕੇ ਕਿੱਦਾਂ ਦਾ ਹੈ ਮੌਸਮ। ਮਾਹੌਲ ਦੇਖ ਸਕਦੇ ਤੁਸੀਂ ਬਾਈ ਜੀ, ਮੇਰੀ ਉਹ ਬਰਫ਼ ਗਿਰ ਰਹੀ ਹੈ ਅਤੇ ਆਪਣਾ ਵੀਰ ਨਵਾਂ ਆਇਆ ਕਨੇਡਾ। ਹੋਰ ਬਾਈ ਕਿੱਦਾਂ ਹੀ ਲੱਗ ਰਹੀ ਬਰਫ਼? ਵਧੀਆ ਮੈਂ ਵਧੀਆ ਲੱਗ ਰਹੀ ਬਰਫ਼। ਹਾਂ ਬਾਈ ਵੀ ਚੱਲਿਆ ਕੰਮ ਤਾਂ ਹੁਣ, ਚੰਗਾ ਬਾਈ ਫਿਰ। ਓਹ ਦੇਖੋ ਬਾਈ ਹਵਾ ਬਹੁਤ ਤੇਜ਼ ਚੱਲ ਰਹੀ, 42 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀ ਹਵਾ, ਅਤੇ ਉਹ ਆ ਗਿਆ ਮੇਰਾ ਆਪਣਾ, ਅਤੇ ਆਪਾਂ ਹੁਣ ਚੱਲਦੇ ਹਾਂ ਉਹਦੇ ਨਾਲ ਬਾਈ। ਸਾਰੇ ਜਾ ਰਹੇ ਕੰਮ ਤੋਂ, ਤੁਸੀਂ ਦੇਖ ਸਕਦੇ ਔਖਾ ਹੋ ਜਾਂਦਾ ਇੱਦਾਂ ਜੇ ਇਹੋ ਜਿਹਾ ਮੌਸਮ ਹੁੰਦਾ ਹੈ, ਨਹੀਂ ਬਾਕੀ ਤਾਂ ਚੱਲੀ ਜਾਂਦਾ ਹੈ। ਅਤੇ ਸਨੋ ਸ਼ੂਜ਼ ਬਹੁਤ ਜ਼ਰੂਰੀ ਹੁੰਦੇ ਹੈ ਨਾ ਇੱਦਾਂ ਦੇ ਮੌਸਮ ਵਿੱਚ, ਆਪਾਂ ਤਾਂ ਇਹ ਪਰਚੇਜ਼ ਕਰ ਲਏ ਸੀਗੇ, $77 ਦੇ ਲੱਤੇ ਮੈਂ ਇਹ $77 ਦੇ, ਅਤੇ ਇਹ ਸਨੋ ਦੇ ਵਿੱਚ ਮਤਲਬ ਵਧੀਆ ਗ੍ਰਿਪ ਬਣਾ ਰੱਖਦੇ ਹੈ, ਅਤੇ ਤੁਸੀਂ ਦੇਖ ਸਕਦੇ ਵੀ ਵਾਟਰ ਪਰੂਫ ਹੈ, ਆਪਾਂ ਸਨੋ ਦੇ ਵਿੱਚ ਜਿੱਕਣਾ ਮਰਜ਼ੀ ਫਿਰ ਸਕਦੇ। ਹਾਂ ਬਾਈ ਦੇਖੋ ਇੱਕ ਮੈਂ ਦੇਖਿਆ ਬੱਸ 2 ਘੰਟੇ ਬਾਅਦ ਆਈ, ਇੱਕ ਆਂਟੀ ਸੀਗੇ ਖੜ੍ਹੇ ਉੱਥੇ ਸਾਡੀ ਜਿਹੜੀ ਫੈਕਟਰੀ 'ਚ ਅਸੀਂ ਕੰਮ ਕਰਦੇ ਨਾ, ਬੱਸ ਸਾਰਾ ਕੁਝ ਦੇਖਦਾ ਉੱਥੇ ਟ੍ਰਾਂਸਪੇਰੈਂਟ ਸ਼ੀਸ਼ੇ ਲੱਗੇ ਹੋਏ, ਅਤੇ ਉਹ ਬੱਸ ਦਾ ਵੇਟ ਕਰ ਰਹੇ ਸੀਗੇ, ਅਸੀਂ ਦੇਖਿਆ 2 ਘੰਟੇ ਖੜ੍ਹੇ ਰਹੇ ਅੱਜ, ਪਤਾ ਨਹੀਂ ਕਈ ਵਾਰ ਜਿੱਦਾਂ
ਬਾਈ ਜੀ ਲਕਸ਼ੇ ਬਾਈ ਆ ਗਿਆ ਅਤੇ ਤੁਸੀਂ ਦੇਖ ਸਕਦੇ ਆ ਗੱਡੀ ਦੇ ਉੱਤੇ ਬਰਫ਼ ਜਮੀ ਹੋਈ ਆ ਪੂਰੀ ਅਤੇ ਆਪਾਂ ਹੁਣ ਇੱਥੇ ਤਾਂ ਬਹਿ ਜਾਣਾ ਬਾਈ ਜੀ ਓ ਬਾਈ ਜੀ ਤੂਫਾਨ ਕਾਫੀ ਜ਼ਿਆਦਾ ਆਇਆ ਹੋਇਆ ਅਤੇ ਕਿਆ ਦੱਸੀਏ ਤੁਹਾਨੂੰ, ਹੱਥ ਜਮਾਂ ਹੀ ਸੁੰਨੇ ਕਰਕੇ ਸਿੱਟਤੇ ਸੁੰਨ ਜਮਾਂ ਹੀ ਸੁੰਨ ਅਤੇ ਮੈਂ ਹੁਣ ਅੰਦਰ ਬਹਿ ਕੇ ਗੱਡੀ 'ਚ ਦਸਤਾਨਾ ਪਾਇਆ, ਇੱਧਰ ਮੇਰੇ ਨੇ ਹੀਟਰ ਵੀ ਲਾਇਆ ਹੋਇਆ ਤਾਂ ਵੀ ਨਹੀਂ ਅਸਰ ਹੋ ਰਿਹਾ, ਹਾਲੇ ਵੀ ਹੱਥ ਸੁੰਨ ਪਿਆ। ਅਤੇ ਤੁਸੀਂ ਦੇਖੋ ਬਾਈ ਜਿਹੜੇ ਮਤਲਬ ਜਿਹੜੇ ਬਾਈ ਤੁਰ ਕੇ ਜਾਂਦੇ ਘਰਾਂ ਨੂੰ ਇਹ ਜਿਹੇ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਬਾਕੀ ਚੱਲਦਾ ਹੈ ਤਾਂ ਚਲੋ। ਹੋਰ ਬਾਈ ਤੁਹਾਡਾ ਵਿਚਾਰ ਦੱਸੋ ਬਾਈ, ਨਕਸ਼ੇ ਕੋਈ ਵਿਚਾਰ ਸਾਡਾ ਹੈ ਵਾ ਕਿ ਹਾਲੇ ਫਿਰ ਵੀ ਸਟਿਲ ਇਨ ਕੰਟਰੋਲ ਹੈ, ਬੰਦਾ ਕੁਛ ਕਰ ਸਕਦਾ। ਹਾਂ ਗੱਡੀਆਂ ਚੱਲ ਰਹੀਆਂ। ਹਾਂ ਸਨੋ ਸਟੋਰਮ 'ਚ ਇਸ ਈਅਰ ਜਨਵਰੀ ਵਿੱਚ ਗੱਡੀਆਂ ਛੱਡ ਕੇ ਲੋਕ ਭੱਜ ਗਏ ਸੀਗੇ ਕਿ ਚੱਲਦੀਆਂ ਨਹੀਂ ਗੱਡੀਆਂ। ਇੱਦਾਂ ਦੀ ਵੀ ਕੰਡੀਸ਼ਨ ਆ ਜਾਂਦੀ ਹੈ ਕਈ ਵਾਰ ਵੀ ਗੱਡੀ ਛੱਡ ਕੇ ਜਾਣੀ ਪੈਂਦੀ ਹੈ, ਜਾਮ ਹੋ ਜਾਂਦੀਆਂ ਗੱਡੀਆਂ ਵੀ ਚੱਲਦੀਆਂ ਨਹੀਂ। ਅਤੇ ਬਾਈ ਲਕਸ਼ੇ ਫਿਰ ਉਹਨਾਂ 'ਚੋਂ ਇੱਕ ਹੈ ਜਿਹੜਾ ਵਿੱਚ ਫਸਿਆ ਤਾ ਉਹਦੇ ਵਿੱਚ। ਹਾਂ ਅਤੇ ਕਾਫੀ ਔਖਾ ਹੋ ਜਾਂਦਾ ਬਾਈ ਇਹੋ ਜਿਹੇ ਮੌਸਮ 'ਚ। ਸਨੀ ਬ੍ਰਦਰ ਸਾਨੂੰ ਰੈਸਕਿਊ ਕਰਕੇ ਲੈ ਗਏ ਸੀ। ਅੱਛਾ ਸਨੀ ਸਾਹਿਬ ਆਪਣੇ ਮਾਜ਼ਾ ਲੈ ਕੇ ਆਏ ਸੀ। ਹਾਂਜੀ ਅਤੇ ਬਾਕੀ ਆਉਂਦੀ ਹੋਈ ਕੋਈ ਵੀ ਹੋਰ ਇੱਦਾਂ ਦੇ ਸਨੋ ਸਟ੍ਰੋਮ ਵਾਲੀ ਵੀਡੀਓ ਤੁਹਾਨੂੰ ਜ਼ਰੂਰ ਦਿਖਾਵਾਂਗੇ ਅਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵਿਊ ਥੋੜ੍ਹੇ ਜਿਹੇ ਘੱਟ ਹੋਣੇ ਤਾਂ ਕਰਕੇ ਮੈਂ ਵੀਡੀਓ ਥੋੜ੍ਹੀ ਜਿਹੀ ਘੱਟ ਪਾਉਣਾ, ਬਾਕੀ ਹੁਣ ਕੋਸ਼ਿਸ਼ ਕਰੂੰਗਾ ਵੀ ਰੈਗੂਲਰ ਜਿਹੜੀਆਂ ਵੀਡੀਓਜ਼ ਆ ਉਹ ਲਿਆਉਂਦੀਆਂ ਜਾਣ। ਅਤੇ ਤੁਹਾਨੂੰ ਕਨੇਡਾ ਦੀ ਜਿਹੜੀ ਹੈ ਮੌਜੂਦਾ ਹਾਲਾਤ ਜਿਹੜੇ ਕਨੇਡਾ ਦੇ ਉਹ ਦਿਖਾਏ ਜਾਣ। ਦੇਖੋ ਜੀ ਇਸ ਟਾਈਮ ਸਾਡੇ ਅਸੀਂ ਸਕਾਰਬਰੋ ਵਿੱਚ ਰਹਿੰਦੇ ਹਾਂ ਅਤੇ ਟੋਰਾਂਟੋ ਦੇ ਵਿੱਚ ਹੈ, ਬਾਕੀ ਹੋਰ ਏਰੀਏ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਬ੍ਰਿਟਿਸ਼ ਕੋਲੰਬੀਆ ਵੱਲ ਵੀ ਕਾਫੀ ਜ਼ਿਆਦਾ ਸਨੋਅ ਹੈ ਜਿਹੜੀ ਪਈ ਹੋਈ ਹੈ ਇਸ ਟਾਈਮ। ਅਤੇ ਦੇਖ ਸਕਦੇ ਤੁਸੀਂ ਪੂਰੀ ਹਵਾ ਚੱਲ ਰਹੀ ਨਾ ਨਾਲ ਜਿਹੜੀ ਉਹ ਕੰਮ ਖਰਾਬ ਕਰਦੀ ਹੈ, ਇਕੱਲੀ ਹਲਕੀ ਫੁਲਕੀ ਸਨੋਹ ਚੱਲੀ ਜਾਵੇ ਉਹਦਾ ਵੀ ਸਨੋਹ ਪਈ ਜਾਵੇ ਉਹਦਾ ਕੋਈ ਚੱਕਰ ਨਹੀਂ, ਪਰ ਜਿਹੜੀ ਹਵਾ ਚੱਲਦੀ ਆ ਉਹ ਬੰਦੇ ਬਿਮਾਰ ਵੀ ਕਰਦੀ ਹੈ। ਵਿੰਡੋ ਜਾਮ ਹੋ ਗਈ ਸੀਗੀ ਤੈਨੂੰ ਖੁੱਲੀ ਹੈ ਦੇਖ, ਵਿੰਡੋ ਜਾਮ ਸੀਗੀ ਇਹ ਵੀ ਵਿੰਡੋ ਜਾਮ ਹੋ ਗਈ ਸੀਗੀ ਬਰਫ਼ ਪੈਣ ਨਾਲ। ਅਤੇ ਗੱਡੀ ਇੱਕ ਹੋਰ ਹੈ ਵੀ ਗੱਡੀ ਬੰਦੇ ਨੂੰ ਜੇ ਚਲਾਉਣੀ ਹੈ ਤਾਂ ਸਾਫ਼ ਵੀ ਪਹਿਲਾਂ ਕਰਨੀ ਪੈਂਦੀ ਹੈ ਤੋਰਨੇ ਤੋਂ ਪਹਿਲਾਂ। ਹੁਣ ਜੇ ਵੀਰ ਨੇ ਮੈਨੂੰ ਲੈਣ ਆਉਣਾ ਸੀਗਾ ਤਾਂ ਬਾਈ ਵੀਰ ਤਾਂ ਸੁੱਤਾ ਪਿਆ ਤਾਂ ਕਹਿੰਦਾ ਜਦ ਉੱਠ ਕੇ ਦੇਖਿਆ ਬਾਈ ਮੇਰੇ ਹੀ ਬਾਹਰ ਬਰਫ਼ ਦਾ ਤੂਫਾਨ ਆਇਆ ਹੋਇਆ ਅਤੇ ਪਹਿਲਾਂ ਗੱਡੀ ਸਾਫ਼ ਕਰੀ ਬਾਈ ਨੇ ਅਤੇ ਆਪਾਂ ਲੈਣ ਆਏ। ਫਿਰ ਤੁਹਾਨੂੰ ਦਿਖਾਉਂਦੇ ਹੁਣ ਬਾਹਰ ਆਪਣੇ ਘਰ ਤੋਂ ਵੀ ਕਿੱਦਾਂ ਦਾ ਇੱਥੇ ਮਾਹੌਲ ਹੈ ਜਿਹੜਾ ਬਣਿਆ ਹੋਇਆ। ਲਓ ਬਾਈ ਓ ਬਾਈ ਜੀ ਇਹ ਕੀ ਹੈ ਇੰਨੀ ਬਰਫ਼, ਇਹ ਤੁਸੀਂ ਤਾਰ ਕੇ ਗਏ ਹੋਣੇ ਹੈ ਨਾ। ਹੈਲੋ ਅੰਕਲ ਹਾਊ ਆਰ ਯੂ ਯਾਰ, ਇਟਸ ਟੂ ਸਨੋਈ ਟੂਡੇ ਐਂਡ ਵਿੰਡੀ ਹਾਂਜੀ ਹਾਂਜੀ ਆਪਦਾ ਮੰਨਦਾ ਹੈ ਇੱਧਰ ਲਾ। ਦੇਖੋ ਬਾਈ ਜੀ ਅਤੇ ਕਾਫੀ ਜ਼ਿਆਦਾ ਸਨੋਹ ਹੈ ਜਿਹੜੀ ਉਹ ਪਈ ਹੋਈ ਹੈ ਅਤੇ ਪੈ ਰਹੀ ਹੈ, ਹਲੇ ਤਾਂ ਮਤਲਬ ਸ਼ੁਰੂਆਤ ਹੋਈ ਹੈ, ਹੁਣ ਦੇਖਦੇ ਹਾਂ ਬਾਅਦ 'ਚ ਕੀ ਬਣਦਾ ਏ। ਆਹ ਦੇਖੋ ਇਹ ਇਹ ਸਾਨੂੰ ਸਾਫ਼ ਕਰਨੀ ਪੈਣੀ ਇਹ ਸਾਰੀ, ਆ ਦੇਖੋ ਘੁੰਮ ਘੁੰਮ ਕੇ ਇੱਥੇ ਕਿੱਡਾ ਟਿੱਬਾ ਜਿਹਾ ਕੱਟ ਬਣ ਗਿਆ। ਉੱਚਾਈ ਦਿਖਾਉਣਾ ਇੰਨੀ ਉੱਚਾਈ, ਆਪਾਂ ਚੱਲਦੇ ਹਾਂ ਜੀ ਅੰਦਰ ਨੂੰ। ਦੇਖੋ ਬਾਈ ਜੀ ਹਵਾ ਬਹੁਤ ਤੇਜ਼ ਚੱਲ ਰਹੀ ਆ, ਗੇਟ ਨਹੀਂ ਖੁੱਲ ਰਿਹਾ। ਆਹ ਦੇਖਿਓ ਬਾਹਲੀ ਤੇਜ਼ ਹਵਾ ਜੀ ਬਾਈ ਜੀ, ਦੇਖੋ 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 ਜੀ ਟਿੱਬੇ ਬਣ ਗਏ ਬਰਫ਼ ਦੇ, ਹਲੇ ਦੇਖਦੇ ਹਾਂ। ਓ ਹੋ 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 ਇਹ ਪੌੜੀਆਂ 'ਤੇ ਕੀ ਹਾਲ ਹੋ ਗਿਆ ਏ,
ਇਹ ਤਾਂ ਹਲੇ ਸ਼ੁਰੂਆਤ ਹੈ। ਇਹ ਕਹਿੰਦੇ ਹਜੇ ਇੱਥੇ ਇੱਥੇ ਤੱਕ ਭਰਨਾ ਇਹ। ਚਲੋ ਦੇਖਦੇ ਹਾਂ ਅਤੇ ਤੁਹਾਨੂੰ ਵੀ ਦਿਖਾਉਂਗੇ ਇਸੇ ਵਲੋਗ ਦੇ ਵਿੱਚ। ਚਲੋ ਜੀ ਆਪਾਂ ਹੁਣ ਅੰਦਰ ਚੱਲੀਏ ਅਤੇ ਰੋਟੀ ਪਾਣੀ ਖਾਈਏ ਆਪਾਂ। ਹਾਂਜੀ ਬਾਈ ਆਪਾਂ ਹੁਣ ਪਹੁੰਚ ਗਏ ਘਰਾਂ ਅਤੇ ਹੁਣ ਆਪਾਂ ਰੋਟੀ ਪਾਣੀ ਛਕ ਲਈਏ ਅਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਂਦਾ ਵੀ ਕਿੰਨੀ ਕੁ ਸਾਨੂੰ ਵਧੂਗੀ। ਅਤੇ ਚਲੋ ਜੀ ਆਪਾਂ ਹੁਣ ਰੋਟੀ ਖਾਂਦੇ ਜੀ। ਅਤੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਟਾਈਮ ਹੋ ਗਿਆ 4:30 ਦੇ ਉੱਤੇ ਹੋ ਗਏ ਅਤੇ ਆਪਣੇ ਹਲਕੀ ਫੁਲਕੀ ਜੀ ਸੈਟਿੰਗ ਕਰਤੀ ਘਰੇ। ਅੱਜ ਹੁਣ ਵਿਹਲਾ ਸੀਗਾ ਮੈਂ ਕਿਉਂਕਿ ਹੁਣ ਹੋਈਆਂ ਮੈਂ ਛੁੱਟੀਆਂ, ਕਾਲਜ ਤੋਂ ਵੀ ਫ੍ਰੀ ਹਾਂ ਆਪਾਂ। ਇੱਧਰ ਲਕਸ਼ਾ ਬਿਨਸ ਵੀ ਸਾਫ਼ ਕਰਤੀ ਸੀ ਅਤੇ ਬਾਕੀ ਆਪਾਂ ਨੇ ਉਰੇ ਸਾਰਾ ਹੌਲ ਸਾਫ਼ ਕਰ ਲਿਆ ਹੁਣ। ਅਤੇ ਘਰੇ ਤਾਂ ਹੀਟਰ ਲੱਗਿਆ ਹੋਇਆ ਹੁੰਦਾ ਅਤੇ ਅੰਦਰ ਬਿਲਕੁਲ ਠੰਡ ਨਹੀਂ ਲੱਗਦੀ ਅਤੇ ਬਾਕੀ ਬਰਫ਼ ਹੈ ਜਿਹੜੀ ਬਾਹਰ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਹੁਣ। ਅਤੇ ਆਪਾਂ ਨੇ ਇੱਧਰ ਚਾਹ ਤਿਆਰ ਕਰ ਲਈ ਸੀ, ਇਹ ਪੀਂਦੇ ਆਪਾਂ ਹੁਣ ਬਾਅਦ 'ਚ। ਤੁਹਾਨੂੰ ਇੱਕ ਮੈਂ ਛੋਟੀ ਝਲਕ ਦਿਖਾਉਣਾ, ਉਹ ਤੋਂ ਬਾਅਦ ਆਪਾਂ ਬਾਹਰ ਚੱਲਦੇ ਹਾਂ। ਓ ਹੋ 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 ਦੇਖੋ ਬਾਈ ਜੀ ਟੀ ਸੀ ਲੱਗ ਗਈ ਇੱਥੇ। ਆਹ ਦੇਖੋ ਕਿੰਨੀ ਸਨੋਹ ਹੋ ਗਈ, ਅੰਦਰ ਆ ਰਹੀ ਆ ਸਨੋਹ ਉੜ ਉੜ ਕੇ। ਅਤੇ ਮੈਂ ਤੁਹਾਨੂੰ ਬਾਅਦ 'ਚ ਬਾਹਰ ਲਿਜਾ ਕੇ ਦਿਖਾਉਣਾ ਨਜ਼ਾਰਾ। ਅਤੇ ਸੂਰਜ ਢਲ ਚੁੱਕਿਆ ਹੈ, ਦੇਖੋ ਜੀ ਬਾਲੀ ਬਰਫ਼ ਹੋ ਗਈ। ਸਨੋ ਸ਼ੂਜ਼ ਪਾ ਕੇ ਜਾਊਂਗੇ ਆਪਾਂ, ਇਸ ਟਾਈਮ ਤਾਂ ਹਲੇ ਚੱਪਲਾਂ ਪਾਈਆਂ ਹੋਈ ਸੀਗੀਆਂ। ਹੁਣ ਆਪਾਂ ਚੱਲਦੇ ਹਾਂ ਬਾਹਰ ਅਤੇ ਛਤਰੀ ਲੈ ਲਈ ਆਪਾਂ ਨੇ ਅਤੇ ਤੁਹਾਨੂੰ ਮੈਂ ਦਿਖਾਉਣਾ। ਹਨੇਰਾ ਹੋ ਗਿਆ ਹੁਣ ਥੋੜ੍ਹਾ ਜਿਹਾ, ਹਲਕਾ ਜਿਹਾ ਦਿਨ ਛਿਪ ਗਿਆ ਅਤੇ ਗਲਵਜ਼ ਵਗੈਰਾ ਆਪਾਂ ਨੇ ਪਾ ਲਏ। ਤਾਂ ਚਲੋ ਜੀ ਗੇਟ ਖੋਲ੍ਹਦੇ ਹਾਂ। ਓਹੋ ਹਨੇਰਾ ਹੋ ਗਿਆ ਬਾਈ ਜੀ, ਹਨੇਰਾ ਹੋ ਚੁੱਕਿਆ ਏ। ਦੇਖੋ ਬਾਈ ਇੰਨੀ ਇੰਨੀ ਬਰਫ਼ ਜਾਊਗੀ, ਇਹ ਤਾਂ ਹਲੇ ਪੈਣੀ ਆ ਸਾਰੀ ਰਾਤ ਕਹਿੰਦੇ। ਹੁਣ ਪਤਾ ਨਹੀਂ ਕਿੰਨੀ ਕੁ ਪਊਗੀ, ਇਹ ਸਾਫ਼ ਕਰਨੀ ਪੈਣੀ ਆਪਾਂ ਨੂੰ। ਇਹ ਬਰਫ਼ ਮੈਨੂੰ ਹੁਣੀ ਸਾਫ਼ ਕਰਨੀ ਪੈਣੀ ਆ, ਨਹੀਂ ਫਿਰ ਜੰਮਗੀ ਤਾਂ ਸਲਿੱਪਰੀ ਹੋ ਜੂਗਾ ਸਾਰਾ ਕੁਛ। ਅਤੇ ਇਹ ਹੁੰਦਾ ਜੀ ਸ਼ਾਵਲ, ਆਪਾਂ ਨੇ ਬਰਫ਼ ਚੱਕਣੀ ਹੈ। ਮੈਂ ਇਸ ਟਾਈਮ ਹੋ ਰਹੀ ਆ ਬਰਫ਼ ਸ਼ਾਵਲ ਨਾਲ, ਬਰਫ਼ ਸਾਫ਼ ਕਰਦੀ ਹੈ ਹੁਣ, ਨਹੀਂ ਫਿਰ ਬਾਅਦ ਦੇ ਵਿੱਚ ਔਖਾ ਹੋ ਜਾਂਦਾ। ਜਦ ਬਰਫ਼ ਜੰਮ ਜਾਂਦੀ ਫਿਰ ਬਰਫ਼ ਚੱਕਣੀ ਜਸਟ, ਹੁਣ ਤਾਂ ਜਮੀ ਹਲਕੀ ਹੈ ਅਤੇ ਜਦੋਂ ਇਹ ਜੰਮਗੀ ਭਾਰੀ ਹੋ ਜਾਂਦੀ। ਹਾਂਜੀ ਤੁਸੀਂ ਦੇਖ ਸਕਦੇ ਬਾਈ ਇਹ ਸਾਰੀ ਆਪਾਂ ਨੇ ਆਹ ਸ਼ੋਵਲ ਨਾਲ ਹੁਣ ਸਾਫ਼ ਕਰਤੀ ਉਰੇ ਤੋਂ। ਅਤੇ ਇੱਥੇ ਹੁਣ ਆਪਾਂ ਨੇ ਸੋਲਟ ਸਿੱਟਣਾ ਹੈ, ਆਪਾਂ ਲੈ ਕੇ ਆਉਂਦੇ ਹਾਂ ਸੋਲਟ ਹੁਣ ਜਾ ਕੇ। ਤਾਂ ਮੈਂ ਤੁਹਾਨੂੰ ਦਿਖਾਉਂਦਾ ਖੜ ਜਾਓ ਇਹਨੂੰ ਵੀ ਉਰੇ 'ਤੇ, ਮੈਂ ਹੁਣ ਇੱਧਰ ਕਰ ਦੇਵਾਂ। ਲਓ ਬਾਈ ਦੇਖੋ ਸਨੋਹ, ਇਹ ਗਰਾਜ ਦੇ ਵਿੱਚ ਪਿਆ ਨਮਕ ਅਤੇ ਸਨੋਹ ਦੇਖ ਸਕਦੇ ਬਾਈ। ਰਾਤ ਹੋ ਚੁੱਕੀ ਹੈ ਅਤੇ ਗੱਡੀਆਂ 'ਤੇ ਮਣ ਮਣ ਸਨੋਹ ਪਈ ਹੈ, ਮਣ ਮਣ ਦੇਖੋ ਦੇਖੋ ਬਾਈ ਸਨੋਹ ਦਾ ਨਜ਼ਾਰਾ। ਸੜਕਾਂ ਦੇ ਉੱਤੇ ਸੜਕ ਤਾਂ ਦਿਖਦੀ ਹੋਣੀ, ਬਰਫ਼ ਏ ਬਰਫ਼ ਥੱਲੇ ਲੇਖੋ। ਗਰਾਜ ਐਂ ਖੁੱਲ੍ਹਦੇ ਯਾਰ ਆਟੋਮੈਟਿਕ ਹੈ ਨਾ, ਅਤੇ ਆਪਣੇ ਵਾਲਾ ਦਾ ਹੋਰ ਹਿਸਾਬ ਹੈ। ਇਹਨੂੰ ਵੀ ਖੋਲ੍ਹਦੇ ਆਪਾਂ ਚੱਕੋ। ਇਹ ਅੰਕਲ ਦੀ ਗੱਡੀ ਖੜੀ ਆ ਅੰਦਰ, ਇਹ ਅੰਦਰ ਗੱਡੀ ਆ ਜਿਹੜੀ ਉਹ ਸੇਫ ਰਹਿੰਦੀ ਹੈ ਸਨੋਹ ਸਨੋਹ ਤੋਂ। ਹੁਣ ਦੇਖਦੇ ਹਾਂ ਬਾਈ ਸੋਲਟ ਕਿੱਥੇ ਰੱਖਿਆ ਹੋਇਆ। ਇਹ ਹੁੰਦਾ ਜੀ ਸੋਲਟ ਜਿਹੜਾ ਆਪਾਂ ਨੇ ਛਿੜਕਣਾ ਹੁੰਦਾ ਜਿੰਗਣਾ ਸਨੋਹ ਸਾਫ਼ ਕਰਨ ਤੋਂ ਬਾਅਦ ਤਾਂ ਕਿ ਉੱਥੇ ਬਰਫ਼ ਨਾ ਜਾਵੇ। ਅਤੇ ਇਹ ਹੁਣ ਪੈਕਟ ਦੇ ਅੰਦਰ ਹੈ, ਇਹਨੂੰ ਮੈਂ ਹੁਣ ਖੋਲ੍ਹ ਲਵਾਂ, ਬਾਅਦ ਬਾਲਟੀ 'ਚ ਪਾਉਂਗੇ ਆਪਾਂ ਅਤੇ ਡੱਬੇ ਨਾਲ ਫਿਰ ਉੱਥੇ ਆਪਾਂ ਛਿੜਕ ਦਿਆਂਗੇ, ਠੀਕ ਹੈ ਜੀ। ਅਤੇ ਇੱਧਰ ਆਪਣੇ ਦੋ ਜੌਂਗੇ ਖੜ੍ਹੇ ਆ, ਇੱਕ ਇਹ ਖੜ੍ਹਾ ਇੱਕ ਇਹ ਖੜ੍ਹਾ, ਠੀਕ ਹੈ ਜੀ। ਤਾਂ ਆਪਾਂ ਹੁਣ ਇਹਨੂੰ
ਖੋਲੀ ਬਾਲਟੀ 'ਚ ਪਾ ਲਿਆ ਆਪਾਂ ਨੇ ਸਾਲਟ ਅਤੇ ਹੁਣ ਚੱਕੀਏ ਕੋਲਾ ਠੀਕ ਹੈ ਜੀ ਲਾ ਲਈ ਇਹਦਾ ਢੱਕਣ ਚਲੋ ਜੀ ਇਹਨੂੰ ਛਿੜਕ ਦਈਏ ਅਤੇ ਜੇ ਆਪਾਂ ਇੱਥੇ ਵੀ ਜਿੱਦਾਂ ਪਹਿਲਾਂ ਛਿੜਕਦੀ ਨਾ ਫਿਰ ਜਿਹੜੀ ਸਨੋਹ ਹੈ ਉਹ ਜੰਮੂ ਵੀ ਨਹੀਂ ਜਿੱਦਾਂ ਮੈਂ ਤੁਹਾਨੂੰ ਉਰੇ ਛਿੜਕ ਕੇ ਦਿਖਾਉਣਾ ਹੁਣ ਇਹ ਸਨੋਹ ਹੈ ਨਾ ਇਹਦਾ ਪਾਣੀ ਬਣਾ ਦੇਣਾ ਇਹਨੇ ਮਤਲਬ ਥੋੜ੍ਹਾ ਟਾਈਮ ਲੱਗਦਾ ਜੀ ਆਪਣਾ ਮੇਨ ਕੰਮ ਹੈ ਇੱਥੇ ਇੱਥੇ ਨਹੀਂ ਸਨੋਹ ਜਾਣੀ ਚਾਹੀਦੀ ਇੱਕ ਕੋਲਾ ਖੋਲਣਾ ਬਈ ਆਹ ਦੇਖੋ ਪਾਣੀ ਬਣਨ ਲੱਗ ਗਿਆ ਹੁਣੀ ਬਰਫ਼ ਦਾ ਕਿੰਨੀ ਛੇਤੀ ਅਸਰ ਕਰਨ ਲੱਗ ਜਾਂਦਾ ਨਾ ਅਤੇ ਆਪਾਂ ਨੇ ਇੱਥੇ ਪਹਿਲਾਂ ਹੀ ਛਿੜਕ ਦੇਣਾ ਇਹ ਤਾਂ ਕਿ ਬਰਫ਼ ਜਮੇ ਹੀ ਨਾ ਹੈ ਨਾ ਲਓ ਬਹੁਤ ਹੈ ਹਾਂਜੀ ਅਤੇ ਚੰਗਾ ਜੀ ਹੁਣ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ